ਦੇਖੋ, ਇੱਕ ਮਰਿਆਦਾ ਹੁੰਦੀ ਹੈ ਰਿਲੇਸ਼ਨਸ਼ਿਪ ਦੀ। ਜਿਹੜਾ BJP ਨੇ ਸਾਡੇ MLA ਨੂੰ, ਸਿਟਿੰਗ MLA ਨੂੰ ਜੁਆਇਨ ਕਰਾਇਆ, ਇਟ ਇਜ਼ ਅਨਐਥੀਕਲ ਐਂਡ ਉਹ ਮਰਿਆਦਾ ਭੰਗੀ ਦੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਹੈਜ਼ ਡਿਸਾਈਡਿਡ ਕਿ ਹਰਿਆਣੇ 'ਚ ਅਸੀਂ ਇਕੱਲੇ ਲੜਾਂਗੇ। ਨਹੀਂ, ਪੰਜਾਬ ਸਾਡੀ ਅਲਾਇੰਸ ਹੈ, ਕੋਈ ਪੰਜਾਬ 'ਚ ਕੋਈ ਪ੍ਰੋਬਲਮ ਨਹੀਂ। ਪੰਜਾਬ ਅਤੇ ਦਿੱਲੀ 'ਚ ਸਾਡੀ ਅਲਾਇੰਸ ਪੂਰੀ ਕਾਇਮ ਹੈ। ਦੇਖੋ, ਗੱਲ ਹੈ ਕਿ ਸਾਡੀ ਅਲਾਇੰਸ ਪਹਿਲੇ ਵੀ ਨਹੀਂ ਸੀ, ਪਰ ਸਾਡੇ ਨਾਲ ਕਮਿਟਮੈਂਟ ਸੀ, ਅਸੀਂ ਪੁਰਾਣੇ ਉਹਨਾਂ ਦੇ ਸਾਥੀ ਹੈ। ਫਿਰ ਵੀ ਜਿਹੜਾ ਕੰਮ ਕੀਤਾ ਸਟਰੋਂਗਲੀ ਕੰਡੈਮੇਬਲ ਹੈ। ਉਹਨਾਂ ਦਾ ਕਹਿਣਾ ਕਿ ਇਹ ਅਨਐਥੀਕਲ ਹੈ। ਸੁਖਬੀਰ ਜੀ, ਇੱਕ ਵਾਰੀ ਇਸ ਬਿਆਨ ਨੂੰ ਪੁਨਰ ਵਿਚਾਰ ਕਰੋ ਕਿ 2014 'ਚ ਜਦੋਂ ਅਸੀਂ ਪਿਛਲੇ ਲਗਭਗ 7 ਸਾਲ ਤੋਂ ਔਰ ਉਸ ਤੋਂ ਪਹਿਲੇ 2 ਵਾਰੀ ਸਰਕਾਰ ਇਕੱਠੀ ਚਲਾਈ ਹੋਵੇ ਔਰ 14 ਦੇ ਅੰਦਰ ਸਰਕਾਰ ਸਾਡੀ ਚੱਲ ਰਹੀ ਹੋਵੇ, ਉਸ ਟਾਈਮ 'ਤੇ ਹਰਿਆਣਾ ਦੇ ਵਿੱਚ ਇਹਨਾਂ ਨਾਲ ਮਿਲ ਕੇ ਸਾਡੇ ਖਿਲਾਫ਼ ਇਲੈਕਸ਼ਨ ਲੜਨਾ ਕਿਆ ਐਥੀਕਲ ਸੀ? ਮੇਰੇ ਖਿਆਲ ਉਹਨਾਂ ਨੂੰ ਪੁਨਰ ਵਿਚਾਰ ਕਰਨਾ ਚਾਹੀਦਾ। ਭਾਰਤੀ ਜਨਤਾ ਪਾਰਟੀ ਗਠਬੰਧਨ ਧਰਮ 'ਤੇ ਖੜ੍ਹੀ ਹੈ ਔਰ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਹੈ। ਅਸੀਂ ਲਗਭਗ 1 ਦਰਜਨ ਤੋਂ ਜ਼ਿਆਦਾ ਚੁਣਾਵ ਇਕੱਠੇ ਰਲ ਕੇ ਲੜੇ ਔਰ ਇਸ ਵੇਲੇ ਵੀ 2 ਸੀਟਾਂ 'ਤੇ ਅਕਾਲੀ ਦਲ ਲੜ ਰਿਹਾ, 2 ਸੀਟਾਂ 'ਤੇ ਭਾਰਤੀ ਜਨਤਾ ਪਾਰਟੀ ਲੜ ਰਹੀ ਹੈ। ਦੋਨੋਂ ਥਾਵਾਂ 'ਤੇ ਦੋਨੋਂ ਪਾਰਟੀਆਂ ਦੇ ਵਰਕਰ ਇੱਕ ਦੂਜੇ ਨੂੰ ਜਿਤਾਉਣ ਵਾਸਤੇ ਕੰਮ ਕਰ ਰਹੇ ਹੈ। ਇਸ ਵਿੱਚ ਇਹ ਬਿਆਨ, ਮੈਨੂੰ ਲੱਗਦਾ, ਉਹਨਾਂ ਦਾ ਪੁਨਰ ਵਿਚਾਰ ਕਰਨਾ ਚਾਹੀਦਾ ਔਰ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਅਨਐਥੀਕਲ ਹੈ ਤਾਂ ਉਹਨਾਂ ਨੂੰ 2014 ਦੇ ਅਕਾਲੀ ਦਲ